फगवाड़ा तो रोपड़ नैशनल हाईवे उत्ते कस्बा बहराम नज़दीक टूल प्लाजे को अज सवेरे संघनी धुंद ते तेज रफ्तार नाल एक सड़क हादसे विच एक दी मौत हुए दो जख्मी। दस दिए कि यह हादसा एक तेल के टैंकर इनोवा कार विचकार होया है। इनोवा कार विच सवार तीन लोग जो तरन तारण तो चंडीगढ़ PGI तो दवाई लैन जा रहे सी कि बहराम टोल प्लाजे को एक तेल का खाली टैंकर जो बंगा साइड तो जलंधर वाल नू जा रहा सी कि फगवाड़ा साइड तो आ रही इनोवा कार जो कि रफ्तार विच तेज अते दूजी धुंद ज़्यादा होने करके इनोवा कार रोंग साइड जाके तेल के टैंकर नाल टकरा गई। कार विच सवार तीन व्यक्ति गंभीर रूप विच जख्मी हो गए जिन्हां नू पुलिस की मदद नाल बंगा के सरकारी सिविल हस्पताल विच भेजा गया। मिली जानकारी अनुसार इन्हां विचों एक व्यक्ति की मौत हो गई है जबकि दो गंभीर रूप विच जख्मी हो गए ने। इन्हां विचों एक व्यक्ति नू चंडीगढ़ ले रैफर कर दिता है। पुलिस अधिकारी ने जानकारी दिंदे हुए दस्या कि इन्हां दे बयानां ते आधारित अगली कार्रवाई की जाएगी। तो दूजे पासे जख्मी व्यक्ति ने दस्या कि यह सारी गलती नैशनल हाईवे अथॉरिटी की है क्योंकि संघ की धुंद करके जिस करके उन्हां दी कार गलत साइड रोड ते जा वड़ी। ਬਲਾਚੌਰ ਤੋਂ ਆਇਆ ਸੀਗਾ ਟੈਂਕਰ ਚਲਾਉਣਾ ਜੀ ਮੈਂ ਅਸੀਂ ਜਲੰਧਰ ਡਿਪੂ ਵਿੱਚ ਤੇਲ ਲੈਣ ਵਾਸਤੇ ਜਾ ਰਹੇ ਸੀਗੇ ਜੀ ਅਤੇ ਜਦੋਂ ਅਸੀਂ ਇੱਥੇ ਆਏ ਹਾਂ ਅਤੇ ਕਾਰ ਵਾਲਾ ਰੋਡ ਸਾਈਡ ਤੋਂ ਆ ਗਿਆ ਅੱਗਿਓਂ ਅਸੀਂ ਇੱਕ ਬ੍ਰੇਕ ਮਾਰ ਕੇ ਗੱਡੀ ਰੋਕ ਲਈ ਉਹਦੇ ਬਾਅਦ ਵਿੱਚ ਉਹਨੂੰ ਵੀ ਬ੍ਰੇਕਾਂ ਮਾਰੀਆਂ ਲੇਕਿਨ ਉਹਨੇ ਲਿਆ ਕੇ ਗੱਡੀ ਸਾਰੀ ਕਾਰ ਦੇ ਗੱਡੀ ਦੇ ਵਿੱਚ ਕਾਰ ਵੱਜ ਗਈ ਇੱਕ ਕਾਰ ਉਹਦੇ ਪਿੱਛੋਂ ਆ ਕੇ ਹੋਰ ਵੱਜੀ ਉਹ ਕਾਰ ਵਾਲਾ ਬੈਕ ਕਰਕੇ ਨਿਕਲ ਗਿਆ ਅਤੇ ਲੇਕਿਨ ਅਸੀਂ ਇਹਨੂੰ ਕੱਢਣ ਦੀ ਕੋਸ਼ਿਸ਼ ਕਰਦੇ ਸੀਗੇ ਬਾਈ ਤੇ ਇਸ ਢੰਗ ਨਾਲ ਇੱਥੇ ਐਕਸੀਡੈਂਟ ਹੋ ਗਿਆ ਸਾਡਾ ਇਨੋਵਾ ਕਾਰ ਹੈ ਜੀ ਮਤਲਬ ਇਹਨੂੰ ਪਤਾ ਨਹੀਂ ਧੁੰਦ 'ਚ ਨਹੀਂ ਦੇਖਿਆ ਇਹ ਮਤਲਬ ਪਰਲੀ ਸਾਈਡ 'ਤੇ ਅੰਦਰਲੀ ਸਾਡੀ ਸਾਈਡ 'ਤੇ ਆ ਗਿਆ ਧੁੰਦ ਮੇਨ ਕਰਨਾ ਜੀ ਉਹ ਓਵਰ ਸਪੀਡ ਸੀਗਾ ਅਸਲ ਮੈਂ PGI ਜਾ ਰਿਹਾ ਕਾਲੀ ਵਿੱਚ ਜਾਂਦਿਆਂ ਜਾਂਦਿਆਂ ਹੋਇਆ ਪਿਛਲਾ ਉਹ ਤਾਂ ਸਪੀਡ ਦੇ ਨਾਲ ਉਹ ਪਿੱਛੇ ਅੱਗੇ ਵਿੱਚ ਵੱਜ ਗਿਆ ਉਹਦੇ PGI ਚੱਲੇ ਸੀ ਆਪਣਾ ਇੱਕ ਮਰੀਜ਼ ਨੂੰ ਲੈ ਕੇ ਜਦੋਂ ਟੂਰ ਪਾਇਆ ਟੱਪਿਆ ਧੁੰਦ ਕਰਕੇ ਇੱਥੇ ਜਿਹੜਾ ਉਹਨੂੰ ਰਸਤਾ ਨਹੀਂ ਦਿਖਾਈ ਦਿੱਤਾ ਉਹ ਦੂਸਰੀ ਸਾਈਡ ਜਾ ਕੇ ਕੈਂਟਰ ਆਉਂਦਾ ਕੈਂਟਰ 'ਚ ਵੱਜੀ ਗੱਡੀ ਜਿਹਦੇ ਕਰਕੇ ਇਹਦੇ ਵਿੱਚ 3 ਸਵਾਰ ਸੀ ਤਰਨ ਤਾਰਨ ਦੇ ਆ ਜੀ ਸਵਾਰ ਬਣਾ ਸਵਾਰੀ ਦਾ ਪ੍ਰਬੰਧ ਕਰਕੇ ਜਿਹੜਾ ਉਹਨੂੰ ਢਾਹ ਹੀ ਭੇਜਿਆ ਸੀਗਾ ਇਲਾਜ ਲਈ ਅਤੇ ਗਾਂਹ ਦੇਖੋ ਢਾਹ ਵਾਲਿਆਂ ਨੇ ਉੱਥੇ ਐਡਮਿਟ ਕੀਤੇ ਕਿ ਗਾਂਹ ਕਿਤੇ ਹੋਰ ਰੈਫਰ ਕਰਤੇ ਆ ਇਹ ਤਾਂ ਇੰਟੀਮੇਸ਼ਨ ਆਉਣ 'ਤੇ ਪਤਾ ਲੱਗੂਗਾ ਕਿ ਬਿਆਨ ਅਗਲੀ ਕਾਰਵਾਈ ਜਿਹੜੀ ਹੈ ਸਾਰੀ ਬਿਆਨਬਾਜ਼ੀ ਤੋਂ ਬਾਅਦ ਹੋਊਗੀ ਅਤੇ ਜਿਹੜਾ ਡਰਾਈਵਰ ਦੀ ਸੀਟ ਨਾਲ ਬੈਠਾ ਸੀਗਾ ਮੁੰਡਾ ਬੋਬੀ ਉਹਦੀ ਜ਼ਿਆਦਾ ਹਾਲਾਤ ਖਰਾਬ ਆ ਉਹਨੂੰ ਵਿੱਚੋਂ ਗੱਡੀ ਤੋਂ ਬੜੀ ਮੁਸ਼ਕਲ ਨਾਲ ਕੱਢ ਕੇ ਭੇਜਿਆ ਲਾ ਮੈਂ ਛੋਟਾ ਭਰਾ ਸੀ ਅਤੇ ਡਰਾਈਵਰ ਸੀ ਐਕਸੀਡੈਂਟ ਕਿਵੇਂ ਹੋ ਗਿਆ ਮੁਰੇ ਧੁੰਦ ਪੈ ਗਈ ਧੁੰਦ ਕਿਵੇਂ ਧੁੰਦ ਹੈਗੀ ਸੀ ਬਹੁਤ ਜਾਂਦੀ ਧੁੰਦ ਅਤੇ ਰੋਂਗ ਸਾਈਡ ਕਿੱਦਾਂ ਚਲੇ ਗਈ ਤੁਹਾਡੀ ਗੱਡੀ ਇਹ ਨਹੀਂ ਪਤਾ ਸਪੀਡ ਵੀ ਤੇਜ਼ ਸੀਗੀ ਜਾਂ ਸਲੋਅ ਸੀਗੇ ਨਹੀਂ ਸਲੋਅ ਸਪੀਡ 'ਤੇ ਜਾਂਦੇ ਧੁੰਦ ਦੇ ਵਿੱਚ ਡਰਾਈਵਰ ਕਦੇ ਕਿੱਦਾਂ ਭਜਾ ਦਿੰਦਾ ਨਹੀਂ ਮੈਨੂੰ ਤਾਂ ਐਂਬੂਲੈਂਸ ਦੇ ਵਿੱਚ ਪਾ ਕੇ ਇੱਥੇ ਲਾਇਆ ਮੇਰਾ ਛੋਟਾ ਭਰਾ ਆਇਆ ਉੱਥੇ ਉਹਨੂੰ ਕਹਿੰਦੇ ਦੂਜੀ ਐਂਬੂਲੈਂਸ ਵਿੱਚ ਪਾ ਕੇ ਖੜਿਆ ਅੱਛਾ ਇਹ ਹੁਣ ਸਾਡੇ ਦਸ ਸਾਢੇ ਦਸ ਦਾ ਟਾਈਮ ਠੀਕ ਘੰਟਾ ਕੁ ਪਹਿਲੇ ਹੋਇਆ ਹੁਣ ਅੱਛਾ ਨਹੀਂ ਕੋਈ ਗਲਤੀ ਨਾ ਉਹਨਾਂ ਦੀ ਟੋਲ ਪਲਾਜ਼ਾ ਹਾਂ ਇਹ ਸਾਰੀ ਥੋਕ ਆ ਚਲੋ ਠੀਕ ਹੈ ਕਿਉਂਕਿ ਕੋਈ ਸਾਈਡ ਉਹ ਰੋਂਗ ਸਾਈਡ ਹੋ ਗਿਆ ਉਹ ਕਿਤੇ ਚੰਗਾ ਬੜਾ ਸਿਆਣਾ ਬੈਠਾ ਡਰਾਈਵਰ ਆ ਆ ਚੌਥੀ ਆ ਨਾ ਅਸੀਂ ਉਹਦੇ ਨਾਲ ਚੱਲ ਰਹੇ ਹਾਂ PGI ਆਰਾਮ ਨਾਲ ਪਹੁੰਚ ਜਾਂਦੇ ਰਹੇ ਅਤੇ ਐਰ ਕੀ ਧੁੰਦ ਹੋਣ ਕਰਕੇ ਅਤੇ ਉਹ ਕੋਈ ਉਹਨੂੰ ਸਾਈਨ ਬੋਰਡ ਦਿਸਿਆ ਨਹੀਂ ਕਿ ਉਹ
ਠੀਕ ਤਾਂ ਕੀ ਵਾਪਰ ਗਿਆ।